कि अनमोल दे नां दा ए लैण तों वी डरदे ने, असीं टैग करके पाया। जे मैं सच्चा होऊंगा मैं अगे आऊंगा, मैं कोई घर पिछे नहीं लड़ रहा। पूरे लुधियाने चो पूरे पंजाब चो फोन आ रहे ने, जिन्हां जिन्हां नाल तुसीं धोखे करे ने, जिन्हां जिन्हां ने तुसीं एनजीओ चो मक्खण चो वाल वांगू कढ़िया। तुसीं मैं तुहानूं पंज बंदियां देना, बई मैं नहीं किसे दी टेंशन लैंदा बई, ठीक है। तुसीं अगे नहीं, तूं कहना जाके उहदे लत्तां दे भार बराबर लाइव होके दिखा ला, लै लै टाइम जे ना आवां, तां कहदी हुण लै लै। जे मेरा नुकसान अनमोल दे हत्थों लिखिया ना, तां अनमोल हत्थों लिखना। ते जे मरदे आ तूं साडा रोल मॉडल आ, अपने नालदिआं नूं समझा के रख, ते जेड़े बंदे थोड़े नाल तुरे फिरदे आ उहनां दी कदर करनी सिख ला। कुत्ता बिल्ला ना दस किसे नूं आपां जे हो, फिर जे तुसीं उहनां नूं कढता साडा कोई हिस्सा नहीं जी, इक कमेंट दे करके भी प्रधान जी नूं कोई बोल नहीं सकदा, इन्ना गुस्सा सर दे विच, कोई बोल नहीं सकदा वीरे उहनां नूं, ना जमे ही नहीं। वीरे उहनां दा बहुत स्टेटस हाई है, ठीक है, बाई जी नूं गुस्सा ही बहुत आउंदा है। गोपी जद तक थोनू इन्नी गल कही सीगी भी बाई जी तुसीं बहुत वधिया काम करदे हो, थोनू देख के असीं काम सिखे आ, सेवा करनी सिखे आ, उदों तां सेठी नेता बहुत वधिया सी, किसे दी परवाह नहीं मारदा। ਇਹੋ ਜਿਹੀ ਜ਼ਿੰਦਗੀ ਵਾਲੀ ਸਾਲੀ ਤੁਹਾਡੇ ਚਾਵਲਾਂ ਤੋਂ ਤੁਸੀਂ ਡਰਾਏ ਬਹੁਤ ਹੋਣੇ ਆ ਬਾਈ ਦਾਦਾ, ਮੈਂ ਤੁਸੀਂ ਬਹੁਤ ਡਰਾਏ ਹੋਣੇ ਆ। ਆ ਪੂਰੀ ਲਿਸਟ ਪਈ ਆ ਮੇਰੇ ਕੋਲ, ਪੂਰੀ ਲਿਸਟ ਪਈ ਆ ਕਿਹੜੇ ਕਿਹੜੇ ਬੰਦਿਆਂ ਨੂੰ ਤੁਸੀਂ ਡਰਾਏ ਹੋਏ ਆ, ਠੀਕ ਆ। ਆ ਮੈਂ ਦੱਸਦਾ ਤੁਹਾਨੂੰ ਤੁਸੀਂ ਸੇਵਾ ਦੇ ਨਾਂ ਤੇ ਕੀ ਕਰਦੇ ਹੋ। ਦੱਬ ਕੇ ਰਹਿਣ ਵਾਲਾ ਚੋਂ ਨਹੀਂ ਹੈਗਾ, ਕੱਲ ਦਾ ਮਰਦਾ ਸਾਲੇ ਉਹ ਅੱਜ ਮਰਜੂ, ਤੁਹਾਡੇ ਤੇ ਨਹੀਂ ਕਰਦਾ। ਤੁਹਾਨੂੰ ਕੀ ਕਿਹਾ, ਤੁਹਾਨੂੰ ਇਹੀ ਗੱਲ ਪੁੱਛੀ ਆ ਵੀ ਬਾਈ ਜੇ ਪੇਜਾਂ ਤੋਂ ਪੈਸੇ ਕਿਵੇਂ ਆ, ਫਿਰ ਕੀ ਕਰਦੇ ਹੋ ਤੁਸੀਂ? ਭੜਕ ਗਏ ਪੇਜਾਂ ਤੋਂ, ਇਹੀ ਪੁੱਛਿਆ ਵੀ ਭੜਕ ਗਏ। ਬੱਤਰਾ ਪਾਗਲ, ਤੂੰ ਧਮਕੀਆਂ ਦਏਗਾ ਕੱਲ ਦਾ ਜਵਾਕ ਜਾਣਦਾ ਤੈਨੂੰ ਕਿੰਨੇ ਕੁ ਪਾਣੀ ਚ ਆ। ਮੇਰੇ ਚ 100 ਕਮੀਆਂ ਆਉਣਗੀਆਂ, 100 ਕਮੀਆਂ ਆਉਣਗੀਆਂ ਮੇਰੇ ਵਿੱਚ, ਪਰ ਆ ਸੇਵਾ ਵਾਲਾ ਕੀੜਾ ਕੱਢੇ ਦਿਖਾ ਲਈ। ਤੁਹਾਨੂੰ ਤਨਖਾਹ ਕਿੱਥੋਂ, ਮੈਨੂੰ 70,000 ਤੇ ਤੁਸੀਂ ਐਡੀਟਿੰਗ ਤੇ ਬੰਦਾ ਰੱਖਿਆ ਹੋਇਆ, ਲੋਕਾਂ ਨੂੰ ਦੀ ਬਣਾਊਗਾ ਧੰਦਾ ਸੇਵਾ ਦਾ? ਮੈਂ ਤਾਂ ਇਹ ਕਹਿੰਦਾ ਸਭ ਤੋਂ ਸੌਖਾ ਹੀ ਧੰਦਾ ਸੇਵਾ ਦਾ, 70,000 ਰੁਪਏ ਤੁਸੀਂ ਆਪਣੇ ਘਰੋਂ ਦਿੰਦੇ ਹੋ ਇੱਕ ਬੰਦੇ ਨੂੰ। ਅੱਜ ਵੀ ਸੇਵਾ ਦੇ ਤੌਰ ਤੇ ਅਨਮੋਲ ਦੇ ਪੈਰੀ ਹੱਥ ਲਾ ਦੂੰ ਵੀ ਉਹ ਬੰਦੇ ਨੇ ਸਾਡੇ ਵਰਗੇ ਨਵੇਂ ਮੁੰਡਿਆਂ ਨੂੰ ਇਧਰਲੇ ਪਾਸੇ ਲਾਤਾ, ਵੀ ਸਾਡੇ ਮਨ ਚ ਆ ਗਿਆ ਜੇ 4 ਛਿੱਲੜ ਹੈਗੇ ਨੇ, ਜੇ ਤੁਹਾਡਾ ਹੱਥ ਪੈਂਦਾ ਵੀ ਕਿਸੇ ਦੀ ਸੇਵਾ ਕਰਦਾ ਕਰੋ। ਤੂੰ ਤਾਂ ਸਾਲਾ ਪਰਸਨਲੀ ਹੋ ਗਿਆ, ਰੱਬਰ ਤਾਂ ਅਸੀਂ 1% ਵੀ ਨਹੀਂ ਕਰ ਚੁੱਕੇ। ਮੈਂ ਬਸ ਇਹਨਾਂ ਨੂੰ ਇਹ ਸਵਾਲ ਪੁੱਛਿਆ ਸੀ ਵੀ ਬਾਈ ਜੀ ਕਿੰਨੇ ਪੈਸੇ ਆਉਣ ਲੱਗ ਗਏ, ਵੀ ਤੁਹਾਡੇ ਪੇਜਾਂ ਤੋਂ ਤਾਂ ਫਿਰ ਲੱਖਾਂ ਰੁਪਈਏ ਆਉਂਦੇ ਹੋਣਗੇ। ਤੁਸੀਂ ਐਡੀਟਿੰਗ ਲਈ ਬੰਦੇ ਵੀ ਰੱਖੇ ਹੋਏ ਨੇ, 70,000 ਰੁਪਏ ਉਹਨੂੰ ਤਨਖਾਹ ਵੀ ਦਿੰਦੇ ਹੋ, ਜਾਂ ਤਾਂ ਮੰਦਰ ਚੜ ਕੇ ਕਹਿ ਦੋ ਵੀ ਅਸੀਂ ਤਨਖਾਹ ਤੇ ਬੰਦੇ ਨਹੀਂ ਰੱਖੇ ਹੋਏ। ਹਾਂ ਤੁਸੀਂ ਲੋਕਾਂ ਨੂੰ ਦੱਸੋ ਵੀ ਸਾਡਾ ਇੰਨਾ ਖਰਚਾ, ਸਾਨੂੰ ਗੱਡੀਆਂ ਲੈ ਕੇ ਜਾਣਾ ਪੈਂਦਾ, ਸਾਨੂੰ ਇਹ ਕਰਨਾ ਪੈਂਦਾ, ਉਹ ਕਰਨਾ ਪੈਂਦਾ, ਇੰਨੀ ਕਮਾਈ ਆ, ਪਾਰਦਰਸ਼ੀ ਰੱਖੋ, ਦੱਸੋਗੇ ਕਿਵੇਂ? ਇਮੇਜ ਨਹੀਂ ਨਾ ਰਹਿਣੀ, ਇਮੇਜ ਤਾਂ ਨਹੀਂ ਰਹਿਣੀ ਵੀ 5 ਲੱਖ ਰੁਪਈਆ ਲੈ ਕੇ ਸੇਵਾ ਕਰਦੇ ਆ। 5 ਲੱਖ ਰੁਪਈਆ, ਧੰਨਵਾਦ ਸ਼ਿਵ ਕਪੂਰ ਜੀ, 5 ਲੱਖ ਰੁਪਈਆ ਕਮਾ ਕੇ ਸੇਵਾ ਕਰਦੇ ਆ। ਹੁਣ ਜੇ ਮੈਂ ਇੱਕ ਕੰਮ ਨਰੋਲ ਸੇਵਾ ਕਰ ਰਿਹਾ, ਮੈਨੂੰ ਲੋਕਾਂ ਨੂੰ ਕਹਿਣਾ ਲੈ ਭੈਣ ਗਿਆਨੀ ਦਾ ਘੈਂਟ ਬੰਦਾ ਬਹੁਤ ਆ, ਇੱਕ ਨੂੰ ਕਹਿ ਰਹੇ ਨਾਲ 5 ਲੱਖ ਰੁਪਈਆ ਵੀ ਲੈ ਰਿਹਾ, ਇਹਨੂੰ ਫੇਸਬੁੱਕ ਦੇ ਰਹੀ ਹੈ, ਇੱਕ ਪਲੇਟਫਾਰਮ ਦੇ ਰਿਹਾ। ਵੀਰੇ ਇੱਥੇ ਨਾ ਤੇਰੀਆਂ ਗੱਲਾਂ ਸਹੀ ਸਹੀ ਬਾਕੀ ਨਹੀਂ ਦੁਕਾਨਦਾਰੀ ਬਾਈ। ਹਾਂ ਦੇਖੋ ਵੀਰੇ, ਸੇਵਾ ਦਾ ਤਾਂ ਇੰਨਾ ਕੁ ਫੁੱਦੂ ਬਣਾਇਆ ਜਾ ਰਿਹਾ ਨਾ ਬੰਦਿਆਂ ਨੂੰ, ਤੁਸੀਂ ਸੋਚ ਨਹੀਂ ਸਕਦੇ। ਮੈਂ ਮੰਨਦਾ ਅਕਾਊਂਟਾਂ 'ਚ ਪੈਸੇ ਨਹੀਂ ਲੈਂਦੇ, ਮੇਰੇ ਦੋਸਤ ਅਕਾਊਂਟ 'ਚ ਪੈਸੇ ਪਾਉਂਦੇ ਸੀ, ਫਿਰ ਮੈਨੂੰ ਰਿਸਕ ਲੱਗਿਆ ਵੀ ਨਹੀਂ ਵੀ ਮੈਂ ਕੰਮ ਥੋੜ੍ਹਾ ਸਲੋ ਕਰਕੇ ਇਹਨੂੰ ਟਰੱਸਟ ਬਣਾ ਲਾਂ, ਔਰ ਮੇਰੇ ਵਾਲਾ ਪਲਾਨ ਤੁਸੀਂ ਸੁਣ ਕੇ ਦੇਖਿਓ, ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਮੈਂ ਛਾਤੀਆਂ ਅੱਧਾ ਲੁਧਿਆਣਾ ਤੁਸੀਂ ਖਿਲਾਫ ਕਰੀ ਫਿਰਦੇ ਹੋ ਯਾਰ। ਆ ਮੈਂ ਲੈਣਾ ਲਾਈਵ ਦੇ, ਕੋਈ ਚੱਕਰ ਨਹੀਂ, ਮੈਂ ਦੱਸਦਾ ਤੁਹਾਡੀਆਂ ਕਰਤੂਤਾਂ। ਸਿਵਲ ਹਸਪਤਾਲ ਚੋਂ ਤੁਹਾਨੂੰ ਕੱਢਿਆ, ਦੀਪ ਹਸਪਤਾਲ ਚੋਂ ਤੁਹਾਨੂੰ ਕੱਢਿਆ, ਗੁਰੂ ਨਾਨਕ ਦੇਵ ਹਸਪਤਾਲ ਚੋਂ ਤੁਹਾਨੂੰ ਕੱਢਿਆ, ਕਿਸੇ ਨਾਲ ਬਣਦੀ ਹੈਗੀ ਤੁਹਾਡੀ ਗੱਲ? ਤਾਂ ਬਾਈ ਇਹ ਆ ਵੀ ਇੰਨੇ ਬੰਦਿਆਂ ਨੇ ਜੁਰਤ ਨਹੀਂ ਕਰੀ ਇਹਦੇ ਮੂਹਰੇ ਬੋਲਣ ਦੀ। ਅਨਮੋਲ ਦਾ ਇਹ ਬੋਲਣ ਲੱਗੇ ਲੱਤਾਂ ਕੰਬਦੀਆਂ ਇਹਨਾਂ ਦੀਆਂ, ਮੈਂ ਨਾਮ ਲੈ ਕੇ ਟੈਗ ਲੈ ਕੇ ਪਾਉਣਾ, ਟਾਈਮ ਲੈ ਕੇ ਟੈਗ ਲੈ ਕੇ ਪਾਉਣਾ, ਹੁਣ ਵੀ ਭਰੀ ਦੁਕਾਨ ਛੱਡ ਕੇ ਆਇਆ, ਭਰੀ ਦੁਕਾਨ ਛੱਡ ਕੇ ਆਇਆ, ਗੁਰੂ ਸਾਹਿਬ ਨੂੰ ਹਾਜ਼ਰ ਨਾਰੇ ਮੰਨਦਾ, ਉੱਥੋਂ ਉੱਠ ਕੇ ਗੱਡੀ ਲੈ ਗਿਆ, ਮੰਡੀ 'ਚ ਬੈਠਾ, ਲਾਈਵ ਹੋਇਆ ਮੰਡੀ 'ਚ ਬੈਠਾ, ਠੀਕ ਆ, ਪੈਸੇ ਛੱਡ ਕੇ ਆਇਆ, ਮਗਰ ਮੈਨੂੰ 2-4-5 ਹਜ਼ਾਰ ਰੁਪਇਆ ਰੋਜ਼ ਖਰਚਾ ਪੈਂਦਾ, ਮੇਰਾ ਵਾਹਿਗੁਰੂ ਆਪੇ ਕੱਢ ਦਿੰਦਾ, ਜਾਣ ਦਾ ਤਾਂ ਕੋਈ ਹੱਕ ਨਹੀਂ। ਤੇ ਜਿਹੜੇ ਲੈ ਕੇ ਜਾ ਰਹੇ ਨੇ ਫਿਰ 10-10, 12-12 ਲੱਖ ਰੁਪਏ, ਫਿਰ ਉਹ ਸੇਵਾ ਕਾਹਦੀ, ਠੀਕ ਆ। ਅਸੀਂ ਪੈਰੀ ਹੱਥ ਲਾ ਕੇ ਚੀਜ਼ ਚੂਜ ਕੀ ਆਪਾਂ ਹਾਈਲਾਈਟ ਕਰਿਆ, ਸਾਡੇ ਵਰਗੇ ਨੇ ਬਣਾਇਆ, ਅਸੀਂ ਤਾਂ ਕਹਿੰਦੇ ਸੇਵਾ ਕਰ, ਪਰ ਬਾਈ ਜੀ ਲੈਵਲ 'ਚ ਰਹਿ ਕੇ। ਮੋਲ ਮੈਨੂੰ ਫੋਨ ਕਰੇ
अनमोल दे मैं पैरी हाथ ला दू जाके भी बाई जी सेवा दे तौर ते हां जे धौण च किला रख के आना जे किते कट्टा कट्टी कढ़नी है जे कुछ होर करना भी जिवें बाकी चुप कराते मैनू भी चुप करा लेंगा आ भुलेखा छड़ दी फिर आ भुलेखा छड़ दी फिर करदे आ तू साडा रोल मॉडल आ अपने नाल दे नू समझा के रख नाल दे नू समझा के रख ते जेड़े बंदे थोड़े नाल तुरे फिरदे आ उहनां दी कदर करनी सिख ला कुत्ता बिल्ला ना दस किसे नू पहले दिन तो हर तरह का नशा बंद नशा छुड़ाने च माहिर डॉक्टर गुप्ता 9661 77000 बिना तोड़ तकलीफ तो बिना दाखिल होए बिना काम छड़े हर तरह का नशा छड़ो शराब हैरोइन स्मैक अफीम गांजा चिट्टा भुक्की टीके गोलियां जीभ थले रखने वाली गोली तो छुटकारा पाओ साड़ी दवाई 100% आयुर्वैदिक है इसका कोई साइड इफेक्ट नहीं देश विदेश च दवाई भेजण दा खास प्रबंध है पता आनंद दवाखाना सामने बस स्टैंड पटियाला डॉक्टर गुप्ता 9661 77000